ਹਾਂਜੀ ਦੋਸਤੋ, ਸਵਾਗਤ ਹੈ ਇੱਕ ਹੋਰ ਨਵੀਂ ਅਪਡੇਟ ਵੀਡੀਓ ਤੋਂ। ਦੋਸਤੋ, ਸਿੱਧੂ ਮੂਸੇਵਾਲਾ ਬਾਰੇ ਕਾਫੀ ਜ਼ਿਆਦਾ ਮੇਨ ਅਪਡੇਟ ਕਵਰ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ। ਤਾਂ ਪਹਿਲਾਂ ਤਾਂ ਦੋਸਤੋ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਯਾਰ ਗੁਲਾਬ ਸਿੱਧੂ ਦਾ ਨਵਾਂ ਗਾਣਾ ਆ ਰਿਹਾ ਡੈੱਡ ਜ਼ੋਨ, 7 ਤਰੀਕ ਨੂੰ ਰਿਲੀਜ਼ ਹੋ ਜੂਗਾ। ਅਤੇ ਨਾਲ ਹੀ ਦੋਸਤੋ ਅੰਮ੍ਰਿਤ ਮਾਨ ਨੇ ਵੀ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਇਸ ਗਾਣੇ ਦਾ ਨਾਮ ਹੈ ਹਾਂਜੀ ਹਾਂਜੀ, ਇਹ ਗਾਣਾ ਵੀ ਜਲਦੀ ਰਿਲੀਜ਼ ਕਰ ਦਿੱਤਾ ਜਾਊਗਾ। ਅਤੇ ਦੋਸਤੋ ਹੁਣ ਗੱਲ ਕੀਤੀ ਜਾਵੇ ਸਿੰਘੇ ਦੇ ਆਉਣ ਵਾਲੇ ਦੋ ਵੱਡੇ ਗਾਣੇ ਬਾਰੇ, ਤਾਂ ਦੋਸਤੋ ਸਿੰਘੇ ਦੇ ਦੋ ਵੱਡੇ ਗਾਣੇ ਦੇਖਣ ਨੂੰ ਮਿਲਣਗੇ। ਇੱਕ ਤਾਂ ਗਾਣਾ ਦੇਖਣ ਨੂੰ ਮਿਲੂਗਾ ਤੁਹਾਨੂੰ ਸਾਰਿਆਂ ਨੂੰ ਦੀਪ ਜੰਡੂ ਦੇ ਨਾਲ ਕਾਫੀ ਜ਼ਿਆਦਾ ਵੱਡੀ ਕੋਲੈਬਰੇਸ਼ਨ ਸੌਂਗ ਦੇਖਣ ਨੂੰ ਮਿਲੂਗਾ। ਇੱਕ ਗਾਣਾ ਆ ਰਿਹਾ ਕੱਲੂ ਦੋਸਤੋ, ਟੁਮਾਰੋ ਰਿਲੀਜ਼ ਹੋ ਜੂਗਾ ਵਿਦ ਆਫੀਸ਼ੀਅਲੀ ਵੀਡੀਓ ਦੇ ਨਾਲ। ਗਾਣੇ ਦਾ ਨਾਮ ਹੈ ਹੁਣੇ ਹੁਣੇ। ਯਾਰ ਚੱਲੇ ਵੈਬ ਸੀਰੀਜ਼ ਵਾਲੇ ਬੰਦੇ ਵੀ ਇਸ ਦੇ ਵਿੱਚ ਹੈਗੇ ਸੀਗੇ, ਯਾਰ ਚੱਲੇ ਬਾਹਰ ਵਾਲੀ ਵੈਬ ਸੀਰੀਜ਼ ਦੇ ਬੰਦੇ ਸਾਰੇ ਇਹਨੇ ਵਰਕ ਕੀਤਾ ਇਸ ਦੇ ਵਿੱਚ, ਤੁਸੀਂ ਸਾਰੀ ਦੇਖ ਸਕਦੇ ਹੋ ਪੋਸਟਰ। ਅਤੇ ਦੋਸਤੋ ਹੁਣ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲਾ ਬਾਰੇ, ਤਾਂ ਦੋਸਤੋ ਸਿੱਧੂ ਮੂਸੇਵਾਲਾ ਨੇ ਕੁਛ ਕੁ ਗੱਲਾਂ ਕਹੀਆਂ ਸੀ ਜਿਹੜੀਆਂ ਕਿ ਸੱਚ ਹੋਈਆਂ ਨਾ, ਤੁਸੀਂ ਦੇਖ ਸਕਦੇ। ਪੁਰਾਣੀ ਕਲਿੱਪ ਹੈ ਪਰ ਦੋਸਤੋ ਗੱਲਾਂ ਸੱਚ ਨੇ ਸਾਰੀਆਂ, ਤੁਸੀਂ ਦੇਖੋ ਆਪਣੀ ਸਕਰੀਨ 'ਤੇ। ਪੋਜ਼ਿਟਿਵ ਸਾਈਡ ਤਾਂ ਇਹ ਵੀ ਹੈ ਵੀ ਪਹਿਲਾਂ ਪੰਜਾਬੀ ਮਿਊਜ਼ਿਕ ਸਿਰਫ ਪੰਜਾਬ ਤੱਕ ਸੀਮਤ ਸੀ, ਅਤੇ ਅੱਜ ਜੇ ਤੁਸੀਂ ਦੇਖੋਗੇ ਤਾਂ ਉਹਨੂੰ ਗੋਰੇ ਵੀ ਸੁਣ ਰਹੇ ਆ, ਉਹਨੂੰ ਕਾਲੇ ਵੀ ਸੁਣ ਰਹੇ ਆ, ਅਤੇ ਤੁਸੀਂ ਕਹੋਗੇ ਉੱਚੀਆਂ ਗੱਲਾਂ ਮੈਕਸੀਕੋ ਦੇ ਕਲੱਬਾਂ 'ਚ ਵੱਜ ਰਹੇ ਆ।